ਪਿੰਡ ਵਿੱਚ ਪਾਰਟੀਬਾਜ਼ੀ ਦੇ ਕਾਰਨ ਕਈ ਵਾਰ ਵਿਕਾਸ ਕੰਮਾਂ ਨੂੰ ਲੈ ਕੇ ਲੜਾਈ ਝਗੜਿਆਂ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਮਾਮਲਾ ਫਿਰੋਜ਼ਪੁਰ ਦੇ ਮਾਛੀਵਾੜਾ ਤੋਂ ਸਾਹਮਣੇ ਆਇਆ, ਜਿੱਥੇ ਕਿ ਨਰੇਗਾ ਦੇ ਕੰਮ ਨੂੰ ਲੈ ਕੇ ਗੁੱਟ ਆਪਸ ਵਿੱਚ ਭਿੜ ਗਏ, ਜਿਸ ਦੌਰਾਨ 6 ਲੋਕ ਜ਼ਖਮੀ ਹੋ ਗਏ। ਅਸੀਂ ਇੱਟਾਂ ਪੱਟਦੇ ਸੀ ਤੇ ਬਣਾਉਂਦੇ ਸੀ ਤੇ ਨਾਲਾ ਬਣਾਈ ਜਾਂਦੇ ਸੀ ਤੇ ਪਾਣੀ ਅਸੀਂ ਬੰਨਿਆ ਸੀ ਤੇ ਉਹ ਪਾਣੀ ਤੋਂ ਸਾਡੇ ਨਾਲ ਰਾਂਦ ਪਾ ਦਿੱਤੀ ਇਹਨੇ। ਸਾਨੂੰ ਮੈਂ ਤਾਂ ਚੰਗਾ ਬੋਲਣਾ, ਆਪਾਂ ਗਾਲਾਂ ਕੱਢਣ ਲੱਗ ਪਏ। ਅੱਛਾ, ਨਾਲ ਸਰਪੰਚ ਦੇ ਗੱਲ ਪੈ ਗਿਆ ਤੇ ਉੱਥੇ ਨਰੇਗਾ ਬੰਦੇ ਲੱਗੇ ਕਿ ਉਹਨਾਂ ਨੂੰ ਪੁੱਛਿਆ ਵੀ ਜਾਵੇ। ਹਾਂਜੀ, ਨਰੇਗਾ ਬੰਦਿਆਂ ਨੇ ਪੁੱਠਾ ਬੋਲਾ ਹੈ ਕਰਨੈਲ ਸਿੰਘ। ਹਾਂਜੀ, ਜਿਹੜਾ ਉਹ ਜਰਨੈਲ ਸਿੰਘ ਦਾ ਲੜਕੇ ਨੇ ਉਹਨਾਂ ਗੁੰਡੇ ਮੰਗਵਾ ਲਏ ਨੇ। ਹਾਂਜੀ, ਗੁੰਡੇ ਮੰਗਵਾਏ ਨੇ, ਉਹ ਗੁੰਡੇ ਆਏ ਨੇ, ਉਹ ਸਾਡੇ ਗੱਲ ਪੈ ਗਏ। ਅਸੀਂ 3 ਮਾਂ ਪੁੱਤਰ ਆਏ ਹਾਂ, ਹੋਰ ਸਾਡੇ ਨਾਲ ਬੰਦਾ ਕੋਈ ਨਹੀਂ। ਅੱਛਾ, ਤੇ ਤੁਹਾਡੀ ਦੁਕਾਨ ਦਾ ਕੀ ਨੁਕਸਾਨ ਕੀਤਾ? ਆ ਸਾਰਾ ਨੁਕਸਾਨ ਕਰ ਗਏ, ਬਾਹਰ ਉਹਨਾਂ ਸਾਰਾ ਸਮਾਨ ਸੱਟਾ, ਅੰਦਰ ਸੱਟਾ। ਇਹ ਕਿਸ ਤਰ੍ਹਾਂ ਕੀਤਾ ਨੇ, ਕੋਈ ਰਾੜਾ ਰੂੜਾ ਮਾਰ ਗਏ ਜਾਂ ਕਿਸ ਤਰ੍ਹਾਂ? ਕੋਈ ਕਿਰਪਾਨਾਂ ਮਾਰੀਆਂ ਨੇ, ਕੋਈ ਰਾੜਾ ਮਾਰੀਆਂ ਨੇ, ਬੜਾ ਕੁਛ ਹੀ ਨੁਕਲ। ਮੈਂ ਨਰਿੰਦਰ ਸਿੰਘ, ਸਰਪੰਚ ਮਾਛੀਵਾੜੇ ਦਾ। ਕਲੀਆਂ ਨਾਲੀਆਂ ਕੰਮ ਚਲਾ ਕਰਦੇ ਪਏ, ਸਰਕਾਰੀ ਕਲੀਆਂ ਨਾਲੀਆਂ ਦਾ। ਹਾਂਜੀ, ਅਤੇ 4:45 ਦਾ ਟਾਈਮ ਜੀ, ਇਹ ਆਇਆ ਕਰਨੈਲ ਸਿੰਘ ਅਤੇ ਸਾਡਾ ਕੰਮ ਨਾਲ ਕੇ ਬੰਦ ਕਰਾਤਾ ਹੈ। ਕਹਿੰਦਾ ਵੀ ਮਜ਼ਾਰ ਸਿੰਘ ਆ, ਮਜ਼ਾਰ ਕਿਤੇ ਮੈਂ ਮਜ਼ਾਰ ਵੀ ਕਹਿਣਾ ਨਹੀਂ ਆ, ਇਹਨੂੰ ਮੈਂ ਵੇਖਣਾ ਵੀ ਕਿੱਥੇ ਆ, ਪਾਣੀ ਇਹਨੇ ਬੰਦ ਕੀਤਾ ਹੈ। ਅਸੀਂ ਗਲੀਆਂ ਵਾਲੀਆਂ ਕੰਮ ਕਰ ਰਹੇ ਹਾਂ, ਪਾਣੀ ਨਾਲਾ ਬਣਾ ਰਹੇ ਹਾਂ ਅਤੇ ਰੋਲਾ ਨਾ ਪਾ ਵੀ ਭਰਾ ਪਾ ਲੜ ਕੇ ਇਹਨਾਂ। ਕਹਿੰਦਾ ਨਹੀਂ, ਇਹਨੂੰ ਵੇਖਣਾ, ਨਰੇਗਾ ਵਾਲੀਆਂ ਜਨਾਨੀਆਂ ਗਾਲਾਂ ਕੱਢਣ ਲੱਗ ਪਿਆ, ਬਹੁਤ ਗਾਲ ਮੰਦਾ ਨੇ ਕੀਤਾ। ਅਤੇ ਫਿਰ ਪੁਲਿਸ ਨੂੰ ਦਰਖਾਸਤ ਦਿੱਤੀ, ਪੁਲਿਸ ਲੈ ਗਈ ਇਹਨੂੰ। ਉਸ ਤੋਂ ਬਾਅਦ ਸ਼ਾਮੀ 6 ਵਜੇ ਫਿਰ ਮਤਲਬ ਦੁਕਾਨ ਲੱਭ ਪੈਂਦੀ ਭੰਡਰ ਮਜ਼ਿਆਰ ਸਿੰਘ ਦੀ, ਅਤੇ ਬਲਵੀਰ ਸਿੰਘ ਛਡਾਉਣ ਗਿਆ ਅਤੇ ਉਹਨੇ ਨਾਲ ਕਿਰਪਾਨ ਵਾਲੇ ਜਰਨੈਲ ਸਿੰਘ ਨੇ, ਅਤੇ ਜਰਨੈਲ ਸਿੰਘ ਕਿਰਪਾਨ ਵਾਲੇ ਚਾਰਿਆਂ ਗੋਲਾਂ ਦੀਆਂ ਵੜਦੀਆਂ। ਅਤੇ ਉਸ ਤੋਂ ਬਾਅਦ ਫਿਰ ਮੈਂ ਛਡਾਉਣ ਗਿਆ, ਤਾਂ ਫਿਰ ਬਈ ਮੰਨਾ ਰਜਿੰਦਰ ਮੁੰਡਿਆਂ ਦਾ ਰਜਿੰਦਰ, ਉਹਨੇ ਫਿਰ ਮੈਨੂੰ ਕਾਪਾ ਮਾਰਿਆ। ਅਤੇ ਫਿਰ ਆਏ ਸਾਡੇ ਬਤਾਏ ਹੋ ਗਏ, ਜਿੰਨੇ ਵਿਹੜੇ ਨਿਕਲੇ ਨੇ, ਸਰਕਾਰੀ ਕੰਮ ਕਰ ਰਹੇ ਸਾਂ, ਸਾਨੂੰ ਇਹਨਾਂ ਬਹੁਤ ਕੁੱਟਮਾਰ ਕੀਤੀ।